ब्रेक। अस्सलाम वालेकुम जी। अज असीं तुहानू वायरिंग करन दा बिल्कुल आसान तरीका दसांगे ते शुरू करदे आं। चला ऐ साडे कोल हेडलाइट, इशारे, हारन, मीटर, ते सारा समान साडे कोल आया पिया वा ते असीं एक एक करके तेरियां वायरिंग करांगे। अज एक एक चीज के कनेक्शन लावांगे, तुहानू दसी भी जावांगे नाल तक क्लोज करके। शुरू करते हैं हुण असीं इहदी वायरिंग। इहदी वायरिंग आ सारी होंडा 70 दी है ते शुरू करते हैं इहदी हुण। ਇਹ ਹੈਗੀ ਹੈ ਬੈਟਰੀ ਦੀ ਮੇਨ ਤਾਰ। ਉਸ ਤੋਂ ਬਾਅਦ ਇਹ ਵੀ ਬੈਟਰੀ ਦੀ ਮੇਨ ਤਾਰ ਹੀ ਆ, ਕਾਲੇ ਰੰਗ ਦੀ, ਲੇਕਿਨ ਇਹਦੇ ਚੋਂ ਸੋਚ ਲਓ ਵਾਪਸੀ ਕਰੰਟ ਆਉਂਦਾ ਇਹਦੇ ਵਿੱਚ ਕਾਲੀ ਤਾਰ ਦੇ ਵਿੱਚ। ਉਸ ਤੋਂ ਬਾਅਦ ਸੋਚ ਦੀ ਇਹ ਵਾਲੀ ਤਾਰ ਆ ਜਿਹਦੇ ਨਾਲ ਮੋਟਰਸਾਈਕਲ ਬੰਦ ਹੁੰਦੀ ਆ। ਇਹ ਕਾਲੀ ਤਾਰ ਆ ਵਿੱਚ ਸਫੈਦ ਲਕੀਰ ਆ, ਇਹਦੇ ਨਜ਼ਰ ਆ ਰਹੀ ਆ। ਤੇ ਇੱਕ ਤਾਰ ਹੋਰ ਆ ਸੋਚਦੀ, ਉਹ ਹੈਗੀ ਆ ਅਰਥ ਵਾਲੀ। ਇਹ ਚਾਰ ਤਾਰਾਂ ਸੋਚਦੀਆਂ ਨੇ, ਅਸੀਂ ਪਹਿਲੇ ਇਹ ਲਾਵਾਂਗੇ ਹੁਣ। ਇਹ ਸੋਚ ਆ ਸਾਡਾ ਚਾਬੀ ਸੋਚ। ਤੇ ਸਭ ਤੋਂ ਪਹਿਲੇ ਸ਼ੁਰੂ ਕਰਾਂਗੇ ਅਸੀਂ ਮੇਨ ਤਾਰ ਬੈਟਰੀ ਦੀ, ਲਾਲ ਤਾਰ। ਇਹ ਲਾਲ ਤਾਰ ਅਸੀਂ ਲਾ ਦਿੱਤੀ ਹੈ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਵਾ ਵਾਇਰਿੰਗ ਦੇ ਵਿੱਚੋਂ ਸਵਿੱਚ ਔਨ ਕਰਦੇ ਹਾਂ ਜਦੋਂ, ਉਸ ਤੋਂ ਬਾਅਦ ਆ ਜਾਂਦਾ ਇਹਦੇ ਵਿੱਚ ਕਰੰਟ ਕਾਲੀ ਤਾਰ ਦੇ ਵਿੱਚ ਵਾਪਸੀ ਹੋ ਕੇ। ਤੇ ਇਹ ਇਹਦੇ 'ਚ ਤਾਰ ਲੱਗਦੀ ਆ ਫਿਰ ਵਾਇਰਿੰਗ 'ਚ ਕਾਲੀ ਤਾਰ ਵਾਪਸੀ ਕਰੰਟ ਆ ਰਹੀ। ਉਸ ਤੋਂ ਬਾਅਦ ਸਵਿੱਚ ਦੀਆਂ ਦੋ ਤਾਰਾਂ ਵੱਜਦੀਆਂ ਨੇ। ਇਹ ਦੋ ਤਾਰਾਂ ਹੈਗੀਆਂ ਨੇ, ਇੱਕ ਸਵਿੱਚ ਬੰਦ ਵਾਲੀ ਜਿਹਦੇ ਨਾਲ ਗੱਡੀ ਦਾ ਇੰਜਨ ਬੰਦ ਹੋ ਜਾਂਦਾ, ਦੁਬਾਰਾ ਸਟਾਰਟ ਨਹੀਂ ਹੁੰਦਾ। ਉਸ ਤੋਂ ਬਾਅਦ ਇਹ ਅਰਥ ਆ ਰਹੀ। ਇਹ ਦੋਵੇਂ ਸਵਿੱਚ ਬੰਦ ਵਾਲੀਆਂ ਤਾਰਾਂ ਨੇ ਜਿਹਦੇ ਨਾਲ ਸਵਿੱਚ ਬੰਦ ਹੋ ਜਾਂਦਾ ਵਾ। ਇਹ ਤਾਰ ਜਾਂਦੀ ਹੈ ਸਵਿੱਚ ਦੇ ਵਿੱਚ, ਸਵਿੱਚ ਤੋਂ ਵਾਪਸੀ ਜਦੋਂ ਸਵਿੱਚ ਬੰਦ ਕਰਦੇ ਹਾਂ ਇਹ ਤਾਰ ਬਾਡੀ ਨਾਲ ਅਰਥ ਕਰਦੀ ਹੈ, ਉਹਦੇ ਨਾਲ ਇਹ ਸਵਿੱਚ ਬੰਦ ਹੋ ਜਾਂਦਾ। ਇਹ ਸਾਡੇ ਕਨੈਕਸ਼ਨ ਹੋ ਗਏ ਮੁਕੰਮਲ। ਉਸ ਤੋਂ ਬਾਅਦ ਇਹ ਹੈਗਾ ਵਾ ਨਿਊਟਰਲ, ਇਸ਼ਾਰੇ ਦਾ ਤੇ ਮੀਟਰ ਦਾ ਬਲਬ। ਇਹ ਤਿੰਨ ਬਲਬ ਹੈਗੇ ਨੇ, ਇਹਦਾ ਮੁਕੰਮਲ ਗ੍ਰਿਪ ਵਾ, ਲੇਕਿਨ ਇਹਦੀਆਂ ਵੀ ਤਾਰਾਂ ਜਿਹੜੀਆਂ ਨੇ ਇਹ ਜਿਹੜੀਆਂ ਨੇ ਇਹ ਮੀਟਰ ਦੀਆਂ ਨੇ, ਕਲੇਜੀ ਰੰਗ ਤੇ ਆ ਅਰਥ ਵਾਲੀ ਤਾਰ, ਠੀਕ ਹੈ। ਉਸ ਤੋਂ ਬਾਅਦ ਦੋ ਤਾਰਾਂ ਹੈਗੀਆਂ ਨੇ ਨਿਊਟਰਲ ਦੀਆਂ, ਇਹ ਨਿਊਟਰਲ ਦਾ ਬਲਬ ਆ। ਇਹਦੇ 'ਚ ਵੀ ਇਹ ਕਾਲੀ ਤਾਰ ਆ ਮੇਨ, ਜਿਹਦੇ 'ਚ ਬੈਟਰੀ ਦਾ ਕਰੰਟ ਆਉਂਦਾ ਵਾਪਸੀ, ਇਹ ਵਾਲੀ ਤਾਰ ਆ ਕਾਲੀ। ਉਸ ਤੋਂ ਬਾਅਦ ਇਹ ਸਾਵੇ ਰੰਗ ਦੀ ਤਾਰ ਆ ਵਿੱਚ, ਇਹਦੇ ਲਾਲ ਲਕੀਰ ਆ, ਇਹ ਹੈਗੀ ਆ ਨਿਊਟਰਲ ਦੀ, ਜਿਹਦੇ ਨਾਲ ਇਹ ਨਿਊਟਰਲ ਅਰਥ ਹੁੰਦਾ ਇੰਜਨ ਦੇ ਨਾਲ। ਉਸ ਤੋਂ ਬਾਅਦ ਇਹ ਦੋ ਤਾਰਾਂ ਨੇ, ਇਹ ਇਸ਼ਾਰੇ ਦਾ ਬਲਬ ਆ ਇਹ ਵਾਲਾ, ਇੱਕ ਇਸ ਸਾਈਡ ਦੇ ਇਸ਼ਾਰੇ ਨੂੰ ਲੱਗ ਜਾਏਗੀ ਤੇ ਇੱਕ ਇਸ ਸਾਈਡ ਦੇ ਇਸ਼ਾਰੇ ਨੂੰ ਲੱਗ ਜਾਏਗੀ। ਇਹ ਮੁਕੰਮਲ ਗ੍ਰਿਪ ਵਾ, ਬਿਲਕੁਲ ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਤਾਰਾਂ ਨੇ ਜਿਵੇਂ ਇਸ ਗ੍ਰਿਪ ਦੇ ਵਿੱਚ ਨੇ, ਇਹ ਦੇਖੋ ਜੀ। ਤੇ ਇਹ ਗ੍ਰਿਪ ਅਸੀਂ ਲਾ ਦਿੰਦੇ ਹਾਂ। ਗ੍ਰਿਪ ਬੜਾ ਹਾਰਡ ਹੈ ਇਹਦਾ। ਲੱਗ ਗਿਆ ਗ੍ਰਿਪ ਇਹਦਾ। ਉਸ ਤੋਂ ਬਾਅਦ ਆਉਂਦਾ ਵਾ ਜੀ ਸਮਲੀ ਦਾ ਕਨੈਕਸ਼ਨ ਕਰਦੇ।
ਅਸੈਂਬਲੀ ਦੇ ਨਾਲ ਨਾਲ ਅਸੀਂ ਇਸ਼ਾਰਿਆਂ ਦਾ ਤਿਉਹਾਰਾਂ ਦਾ ਵੀ ਕਨੈਕਸ਼ਨ ਕਰਦੇ। ਇਹ ਮੇਨ ਤਾਰ ਮੇਨ ਹੈਗੀ ਅਸੈਂਬਲੀ, ਸਾਰੇ ਬਟਨ ਇੱਕ ਸਾਈਡ ਤੇ ਨੇ ਇਹਦੇ। ਨਵੇਂ ਮਾਡਲ ਦੀ ਅਸੈਂਬਲੀ ਹੈ, ਹੁਣ ਸਾਰੇ ਕਨੈਕਸ਼ਨ ਹੈਗੇ ਇਹਦੇ ਵਿੱਚ। ਸਭ ਤੋਂ ਪਹਿਲੇ ਲਾਵਾਂਗੇ ਅਸੀਂ ਹਾਰਨ ਦੀ ਤਾਰ, ਹਾਰਨ ਬਟਨ ਵਾਲੀ ਤਾਰ ਆ ਰਹੇ ਨਾ, ਇਹ ਹਾਰਨ ਬਟਨ ਵਾਲੀ ਤਾਰ ਜਿਹੜੀ ਆ ਇਹ ਲਾਵਾਂਗੇ ਸੋਚ ਦੀ ਕਾਲੀ ਤਾਰ ਦੇ ਵਿੱਚ। ਇਹ ਬਿਲਕੁਲ ਸਿੰਪਲ ਹੈਗੀ ਆ ਵੈਲ, ਹਰ ਚੀਜ਼ ਦਾ ਰੰਗ ਬਿਲਕੁਲ ਨਾਲ ਮੈਚ ਕਰਕੇ ਉਹਨਾਂ ਨੇ ਬਣਾਇਆ ਤਾਂ ਕਿ ਕੋਈ ਮਸਲਾ ਨਾ ਹੋਵੇ, ਲੇਕਿਨ ਫਿਰ ਵੀ ਅਸੀਂ ਸਮਝਾ ਰਹੇ ਹਾਂ ਤੁਹਾਨੂੰ। ਇਹ ਕਾਲੀ ਤਾਰ ਲੱਗੇਗੀ ਸੋਚ ਦੀ ਮੇਨ ਤਾਰ ਦੇ ਵਿੱਚ, ਕਾਲੀ ਤਾਰ ਜਿਹਦੇ ਚੋਂ ਬੈਟਰੀ ਦਾ ਕਰੰਟ ਵਾਪਸ ਆਉਂਦਾ ਵਾ। ਉਸ ਤੋਂ ਬਾਅਦ ਇੱਕ ਹੋਰ ਮੇਨ ਤਾਰ ਆ ਸਾਡੀ, ਉਹ ਹੈਗੀ ਆ ਇਸ਼ਾਰੇ ਦੀ ਤਾਰ, ਇਹ ਹੈਗੀ ਫਲੈਸ਼ਰ ਦੀ ਤਾਰ, ਤੇ ਇਹ ਵੀ ਮੇਨ ਤਾਰ ਆ। ਇਹ ਤੁਹਾਨੂੰ ਅਸੀਂ ਜਦੋਂ ਫਲੈਸ਼ਰ ਲਾਵਾਂਗੇ ਉਦੋਂ ਦਿਖਾਵਾਂਗੇ ਇਹਦੀਆਂ ਤਾਰਾਂ ਫਲੈਸ਼ਰ ਦੀਆਂ। ਇਹ ਇਸ਼ਾਰੇ ਦਾ ਸੈਂਟਰ ਵਾਲੀ ਤਾਰ ਆ ਇਸ਼ਾਰੇ ਦੀ, ਤੇ ਐ ਲੈ ਬਟਨ, ਤੇ ਇਹ ਵੀ ਤਾਰ ਜਿਹੜੀ ਅਸੀਂ ਸੁਣਾ ਰਹੇ। ਇਹ ਗ੍ਰੇ ਕਲਰ ਦੀ ਤਾਰ ਆ, ਇਹ ਲੱਗ ਗਈਆਂ ਨੇ ਹੁਣ। ਬਾਕੀ ਤਾਰਾਂ ਹੈਗੀਆਂ ਨੇ, ਇੱਕ ਆਹ ਮੇਨ ਹੈਡਲਾਈਟ ਦਾ ਕਰੰਟ ਆਉਂਦਾ ਇਹਦੇ ਚ, ਪੀਲੀ ਤਾਰ ਇਹ ਵੀ ਮੇਨ ਤਾਰ ਆ, ਇੱਥੋਂ ਬਟਨ ਔਨ ਹੁੰਦਾ ਵਾ ਤੇ ਹੈਡਲਾਈਟ ਚੱਲਦੀ ਆ, ਤੇ ਇੱਥੋਂ ਹਾਈ ਲੋ ਦੋ ਪੁਆਇੰਟ ਚੱਲਦੇ ਨੇ ਹੈਡਲਾਈਟ ਦੇ, ਤੇ ਇਹ ਤਾਰ ਆ ਇਹਦੀ ਮੇਨ ਤਾਰ, ਇਹਦੇ ਚ ਬੈਟਰੀ ਦਾ ਕਰੰਟ ਆਉਂਦਾ ਵਾ, ਸੋਰੀ ਹੈਡਲਾਈਟ ਦਾ ਕਰੰਟ ਆਉਂਦਾ ਇਹਦੇ ਚ, ਇਹ ਲੱਗ ਗਈ ਆ। ਉਸ ਤੋਂ ਬਾਅਦ ਹੈਡਲਾਈਟ ਤੋਂ ਬਾਅਦ ਆ ਜਾਂਦੀ ਹੈ ਪਿੱਛੇ ਬੈਕਲਾਈਟ ਵਾਲੀ ਤਾਰ, ਬੈਕਲਾਈਟ ਹੈ ਵਾਲੀ, ਜਿਵੇਂ ਇਹਦੀ ਤਾਰ ਹੈਗੀ ਹੈ ਦੇਖੋ ਕਲੇਜੀ ਰੰਗ ਦੀ, ਉਵੇਂ ਇੱਥੇ ਵੈਰਿੰਗ 'ਚ ਵੀ ਇਹਦੀ ਤਾਰ ਕਲੇਜੀ ਰੰਗ, ਬੈਕਲਾਈਟ ਵਾਪਸੀ ਨਾ ਸਕਦੀ, ਤੇ ਇਹ ਤਾਰ ਜਿਹੜੀ ਹੈ ਵੈਰਿੰਗ 'ਚ ਵੀ ਹੈਗੀ ਹੈ ਕਲੇਜੀ ਰੰਗ ਦੀ ਤਾਰ, ਇੱਧਰ ਵੀ ਹੈ, ਇਹਨੂੰ ਵੀ ਇਸੇ ਤਰ੍ਹਾਂ ਆਰਾਮ ਨਾਲ ਲਾ ਦਾਂਗੇ। ਉਸ ਤੋਂ ਬਾਅਦ ਇਹ ਕਨੈਕਸ਼ਨ ਹੋ ਗਏ ਮੁਕੰਮਲ, ਫਿਰ ਆ ਜਾਂਦਾ ਵਾ ਇੱਕ ਹਾਰਨ ਦਾ ਕਨੈਕਸ਼ਨ, ਹਾਰਨ ਦੀਆਂ ਇਹ ਨਿਪਲਾਂ ਨੇ, ਇੱਕ ਇਹਨਾਂ ਜੋ ਤਾਰ ਹੈਗੀ ਹੈ ਇੱਕ ਹੱਥ ਵਾਲੀ ਤੇ ਇੱਕ ਐਲੀ ਤਾਰ ਗਰਮ ਤਾਰ, ਜਿਹਦੇ ਚ ਕਰੰਟ ਆਏਗਾ, ਅਸੀਂ ਹਾਰਨ ਦਾ ਬਟਨ ਐਵੇਂ ਦਬਾਵਾਂਗੇ ਤੇ ਇਹਦੇ ਚ ਕਰੰਟ ਆ ਜਾਏਗਾ। ਇਹਦੇ ਹਾਰਨ ਬਟਨ ਦੀਆਂ ਦੋ ਤਾਰਾਂ ਹੁੰਦੀਆਂ ਨੇ, ਇੱਕ ਇਹ ਵਾਲੀ ਕਾਲੀ ਜਿਹੜੀ ਹੈ ਬੈਟਰੀ ਵਾਲੀ ਤਾਰ ਤੇ ਲਾਈ ਹੈ ਅਸੀਂ, ਤੇ ਦੂਸਰੀ ਤਾਰ ਜਿਹੜੀ ਹੈ ਇਹ ਵਾਲੀ ਹੈ ਅੰਗੂਰੀ ਰੰਗ ਦੀ ਹਲਕਾ ਸਬਜ਼ ਰੰਗ, ਇਹਨੂੰ ਵੀ ਲਾ ਦਿੱਤਾ ਅਸੀਂ। ਹੁਣ ਜਿਵੇਂ ਇਹਨੂੰ ਲਾ ਦਿੱਤਾ ਵਾ, ਇਹਦੇ ਨਾਲ ਅਸੀਂ ਹਾਰਨ ਵੀ ਲਾ ਦਿੰਦੇ ਹਾਂ, ਸਾਡਾ ਹਾਰਨ ਲੱਗ ਗਿਆ। ਹਾਰਨ ਅਸੈਂਬਲੀ ਇਹ ਤਿੰਨੋਂ ਚੀਜ਼ਾਂ ਲੱਗ ਗਈਆਂ ਨੇ ਤੇ ਮੀਟਰ ਵੀ ਲੱਗ ਗਿਆ ਵਾ। ਉਸ ਤੋਂ ਬਾਅਦ ਅਸੀਂ ਲਾਵਾਂਗੇ ਇਸ਼ਾਰੇ ਦੇ ਕਨੈਕਸ਼ਨ, ਇਸ਼ਾਰੇ ਦੇ ਕਨੈਕਸ਼ਨ ਤੇ ਅਸੈਂਬਲੀ ਦੇ ਕਨੈਕਸ਼ਨ ਤੇ ਵਾਇਰਿੰਗ ਦੇ ਕਨੈਕਸ਼ਨ ਇਕੱਠੇ ਲੱਗਣਗੇ। ਪਹਿਲੇ ਅਸੀਂ ਅਰਥ ਵਾਲੀ ਤਾਰ ਲਾ ਦਿੰਦੇ ਹਾਂ ਇਸ਼ਾਰਿਆਂ ਦੀ, ਸਾਵੇ ਰੰਗ ਦੀ ਤਾਰ ਹੈ, ਸਬਜ਼ ਰੰਗ ਦੀ, ਸਾਵਾ ਇੱਕੋ ਹੀ ਹੋ ਗਿਆ, ਇਸ ਇਸ਼ਾਰੇ ਦੀ ਵੀ ਤਾਰ ਅਸੀਂ ਲਾ ਦਿੰਦੇ ਹਾਂ ਸਬਜ਼ ਰੰਗ ਦੀ ਤਾਰ ਅਰਥ ਵਾਲੀ, ਇਹ ਲੱਗ ਗਈ। ਉਸ ਤੋਂ ਬਾਅਦ ਆ ਸਿੱਧੇ ਹੱਥ ਵਾਲਾ ਇਸ਼ਾਰਿਆਂ ਦੇ ਤਾਰ, ਸਿੱਧੇ ਹੱਥ ਵਾਲੇ ਇਸ਼ਾਰੇ ਦੀ ਤਾਰ ਹੈਗੀ ਆ ਸਾਡੀ, ਇਹ ਹਲਕਾ ਨੀਲਾ ਉਸਮਾਨੀ ਕਲਰ, ਤੇ ਇਧਰੋਂ ਅਸੈਂਬਲੀ ਦੀ ਵੀ ਅਸੀਂ ਲਵਾਂਗੇ ਉਸਮਾਨੀ ਹਲਕਾ ਨੀਲਾ ਕਲਰ।
एक वायरिंग वाली जेडी के पिछों इशारे नु चलाएगी, देख अगले इशारे दी तार ए लग। उस तो बाद इस साइड का इशारा खब्बे हाथ वाला, एदी भी तार एवें ही है, ऑरेंज कलर की तार। एक तार इशारे अगले दी, आ एक तार हैगी है पिछले इशारे की तार, ते इन्हां दे विचों ही तारा अगे जाके अटैच हो के वापसी इस ग्रिप दे विच आंदियां ने। एक एक तार, एक इस साइड वाला एक उस साइड वाला, दोवें इशारे दी तारा जिहदे नाल यह बल्ब चलता वा। यह हुण साडी वायरिंग का कंप्लीट कनेक्शन अगे वाला हो गया। एक रह गया बस सिर्फ एक ए वाला, ये ब्रेक लाइट चलती है इस ब्रेक स्विच तो, एदी भी ऐसे तरह ही जिवें गर्म तार एक ए स्विच दी वापसी करंट दे नाल लगेगी मेन तार दे विच। ते ए जड़ी आ बैक लाइट दी ब्रेक वाली तार, इस सबज रंग ते विच पीली लकीर है इहदे, बिल्कुल इसे तरह जिवें आ बैक लाइट दे विच। ए देखो सबज तार विच पीली लकीर, इन पिछे रखते हैं वापसी, ते ए तार बच गई है, ए ब्रेक सोच दी ए ला दे। ते पिछे ब्रेक वाली तार दा कनेक्शन होना, देखो यार अपन जो वीडियो बनती जा रही दस स्क्रीन ते एवं क्लिक कर, हुण साडी आ गई है एली हेडलाइट। हेडलाइट दियां तीन तारां, एक तार इनू इत्थे रख लैंदे हां थोड़ी देर वास्ते, सफेद तार है एक, ते एक हैगी है नीली तार। ए नीली तार आ ये हाई पॉइंट वाले तार कनेक्शन, हाई पॉइंट चलता है, ते ए सफेद तार आ जड़ी एदा लो पॉइंट चलना वा ये हेडलाइट। ये हेडलाइट होल्डर आ गया, ये कनेक्शन ये वा, इनू भी असी एने ला देंगे आराम ना, इन्हां दियां निपलां भी लग गईं। एक तार लै गई है हेडलाइट होल्डर दे अर्थ वाली, ए एक तार बची है इत्थे अर्थ वाली तार जिथे सोच दा अर्थ लगा वा चाबी सोच दा, ये नाल ही असी इनू ला दें। हुण साडा हेडलाइट का कनेक्शन भी हो गया, मीटर का भी हो गया, इशारिया का भी हो गया, असेंबली का भी। दोवें असेंबलियां का हो गया। चलो चल हुण आ गए हैं असीं सेंटर वाली वायरिंग दे विच। सेंटर वाली वायरिंग च असीं सब तो पहले करांगे ए गुच्छे दे, ए गुच्छा वा साडा, ए दे विच लगा पिया, इस गुच्छे दे कनेक्शन करांगे जिहदे तों गड्डी स्टार्ट हुंदी आ, ते इहनू रखदे आ इत्थे असीं, ते वायरिंग दे थल्लों ही इहदे तारां कढ के, ये हैगी आ कोयल गुटके दी तार। अगर गड्डी स्टार्ट ना हुंदी होवे इधर मार यार जरा, अगर गड्डी स्टार्ट ना हुंदी होवे सब तो पहले असीं इहनू चेक करीदा वा इहदा करंट आ रहा कि नहीं। उस तो बाद इहनू चेक करन तो बाद फिर असीं लाने आ सीडी आई, सीडी आई तो बाद ना आ रहा होवे ते प्लग कोयल, प्लग कोयल ना आ रहा होवे ते फिर है गुटका खराब होना। अगर मीटर होवे साडे कोल ते फिर 1 मिनट दे नाल पता लग जांदा वी, असीं चेक करदे आ ना मीटर नाल, मीटर तो फिर उस टाइम ही पता लग जाता वा कि करंट कितों नहीं आ रही। हाली तो फिलहाल असं वायरिंग समझा रहे हैं, ते ये हैगी है मेन तार गुटके दी जिथों गड्डी स्टार्ट होंगी है, उस सब तो पहला एदा गुटका अंदर वाला वा मैगनेट गुच्छा, उतों करंट आता है इस तार दे विच। एक काली तार है विच लाल रंग की लकीर है वे, बिल्कुल इसे तरह वायरिंग दे विच भी एवें ही है। ए लो तार, उस तो बाद सबज रंग की तार अर्थ वाली
ਇਹ ਤਾਰ ਜਿਹੜੀ ਹੈ ਪਰਸਲ ਕੋਇਲ ਵਾਲੀ ਹੈ, ਪਰਸਲ ਕੋਇਲ ਆ ਤੇ ਆਹ ਤਾਰ ਆ। ਫਿਰ ਆ ਗਈਆਂ ਦੋ ਤਾਰਾਂ, ਇਹ ਪੀਜੀ ਤਾਰ ਆ, ਇਹਦੇ ਨਾਲ ਹੈਡਲਾਈਟ ਚੱਲਦੀ ਹੈ। ਤੇ ਇਹ ਜਿਹੜੀ ਆ ਸਫੈਦ ਤਾਰ, ਇਹਦੇ ਤੋਂ ਬੈਟਰੀ ਚਾਰਜਿੰਗ ਦਾ ਕਰੰਟ ਆਉਂਦਾ ਵਾ ਉੱਤੇ, ਤੇ ਇਹ ਅਸੀਂ ਲਾ ਦਿੰਦੇ ਹਾਂ। ਹੁਣ ਪੂਰਾ ਦਾ ਪੂਰਾ ਗ੍ਰਿਪ, ਇੱਕ ਤਾਰ ਵੱਜਦੀ ਹੈ ਨਿਊਟਰਲ ਦੀ, ਲਾਲ ਰੰਗ ਦੀ ਲਕੀਰ ਜਿਹੜੀ ਉੱਤੇ ਤੁਹਾਨੂੰ ਅਸੀਂ ਮੀਟਰ ਤੇ ਬਲਬ ਲੱਗਾ ਉਹਦੀ ਦੱਸਿਆ ਵੀ ਸੀ ਅਸੀਂ ਹੁਣੇ, ਤੇ ਉਹਦੀ ਤਾਰ, ਇਹ ਗ੍ਰਿਪ ਲੱਗ ਗਿਆ, ਇਹ ਤਾਰ ਵੀ ਲੱਗ ਗਈ। ਉਸ ਤੋਂ ਬਾਅਦ ਇਹ ਦੋ ਤਾਰਾਂ ਨੇ, ਇਹ ਵੀ ਜਿਵੇਂ ਅੱਗੇ ਬ੍ਰੇਕਸ ਤੋਂ ਚਲਾਇਆ, ਇੱਕ ਕਾਲੇ ਰੰਗ ਦੀ ਤਾਰ, ਇੱਕ ਸਾਵੇ ਰੰਗ ਦੀ ਤਾਰ ਵਿੱਚ ਪੀਲੀ ਲਕੀਰ। ਇਹ ਸਾਡਾ ਵਾ ਇਹ ਬ੍ਰੇਕ ਸੋਚ, ਇਹਦੇ ਚ ਵੀ ਐਵੇਂ ਹੀ ਤਾਰ ਬਣੀ ਹੈ ਜਿਵੇਂ ਪੀਲੀ ਲਕੀਰ ਵਾਲੀ ਤਾਰ ਤੇ ਕਾਲੀ ਤਾਰ। ਇਹ ਅਸੀਂ ਲਾ ਦਿੰਦੇ ਹਾਂ ਬਿਲਕੁਲ ਆਰਾਮ ਨਾਲ। ਇੱਕ ਮਿੰਟ, ਇਹ ਲੱਗ ਗਿਆ, ਰੁਕ। ਇਹ ਹੁਣ ਸਾਡੇ ਇਹ ਜਿਹੜੇ ਕਨੈਕਸ਼ਨ ਆ ਮੁਕੰਮਲ ਹੋ ਗਏ। ਉਸ ਤੋਂ ਬਾਅਦ ਇਹ ਆ ਗਈ ਸਾਡੀ ਪਲੱਗ ਕੋਇਲ, ਪਲੱਗ ਕੋਇਲ ਦੀਆਂ ਦੋ ਤਾਰਾਂ ਤੋਂ ਅਲੱਗ ਕਰ ਲੈਂਦੇ, ਇੱਕ ਅਰਥ ਵਾਲੀ ਸਬਜ਼ ਰੰਗ ਦੀ ਤਾਰ ਤੇ ਇਹ ਤਾਰ ਹੈਗੀ ਹੈ ਕਾਲੇ ਰੰਗ ਦੀ, ਲੇਕਿਨ ਇਹਦੇ 'ਚ ਹੈਗੀ ਆ ਪੀਲੀ ਲਕੀਰ, ਕਾਲੇ ਰੰਗ ਦੀ ਪੀਲੀ ਲਕੀਰ, ਇਹ ਹੈਗੀ ਆ ਪਲੱਗ ਕੋਇਲ ਵਾਲੀ ਤਾਰ। ਬਿਲਕੁਲ ਇਸੇ ਤਰ੍ਹਾਂ ਇਹਦੇ 'ਚ ਵੀ ਐਵੇਂ ਹੀ ਆ, ਪਲੱਗ ਕੋਇਲ ਦੇ ਵਿੱਚ ਕਾਲੀ ਲਕੀਰ, ਉਹ ਪੀਲੀ ਲਕੀਰ ਤੇ ਕਾਲੀ ਤਾਰ, ਇਹਨਾਂ ਨੂੰ ਅਸੀਂ ਐਵੇਂ ਇਹਦੇ 'ਚ ਲਾ ਦੇਵਾਂਗੇ। ਉਸ ਤੋਂ ਬਾਅਦ ਇਹ ਹੈਗਾ ਸੀਡੀਆਈ ਯੂਨਿਟ, ਇਹ ਹੈਗਾ ਵਾ ਸੀਡੀਆਈ ਯੂਨਿਟ ਦਾ ਗ੍ਰਿਪ। ਸੀਡੀਆਈ ਯੂਨਿਟ ਗ੍ਰਿਪ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਹੀ ਜਿਵੇਂ ਉੱਪਰ ਤੁਹਾਨੂੰ ਸੋਚ ਦੀ ਤਾਰ ਦਿਖਾਈ ਸੀ ਕਾਲੀ ਤੇ ਵਿੱਚ ਸਫੈਦ ਲਕੀਰ, ਇਹ ਸੋਚ ਦੀ ਬੰਦ ਵਾਲੀ ਤਾਰ ਆ ਜਿਹਦੇ ਚੋਂ ਕਰੰਟ ਜਾਂਦਾ ਵਾ ਸੀਡੀਆਈ ਯੂਨਿਟ ਚੋਂ ਗੱਡੀ ਬੰਦ ਕਰਨ ਵਾਸਤੇ, ਇਹ ਵਾਲੀ ਤਾਰ ਹੈਗੀ ਆ। ਉਸ ਤੋਂ ਬਾਅਦ ਇਹ ਸਟਾਰਟਿੰਗ ਵਾਲੀ ਤਾਰ ਆ, ਇਹਦੇ ਚ ਗੱਡੀ ਦਾ ਮੈਗਨੇਟ ਗੁਟਕੇ ਤੋਂ ਜਿਹੜਾ ਕਰੰਟ ਆਉਂਦਾ ਵਾ ਨਾ, ਕਾਲੀ ਤਾਰ ਦੇ ਵਿੱਚ ਲਾਲ ਰੰਗ ਦੀ ਲਾਈਨ ਆ, ਇਹਦੇ ਚ ਗੁੱਛੇ ਦਾ ਕਰੰਟ ਆਉਂਦਾ ਵਾ। ਤੇ ਉਸ ਤੋਂ ਬਾਅਦ ਆ ਗਈ ਇਹ ਅਰਥ ਵਾਲੀ ਤਾਰ ਆ, ਇਹ ਪਰਸਲ ਕੋਇਲ ਦੀ ਤਾਰ ਆ, ਜਿਹੜੀ ਪਰਸਲ ਕੋਇਲ ਆ, ਤੇ ਇਹ ਜਿਹੜੀ ਪਲੱਗ ਕੋਇਲ ਵਾਲੀ ਤਾਰ ਆ ਸੀਡੀਆਈ ਯੂਨਿਟ ਦੇ ਵਿੱਚ। ਇਹ ਪੰਜ ਤਾਰਾਂ ਨੇ ਸੀਡੀਆਈ ਯੂਨਿਟ ਦੀਆਂ, ਤੇ ਇਹਦਾ ਵੀ ਹੁਣ ਐਵੇਂ ਗ੍ਰਿਪ ਲਾ ਦੇਵਾਂਗੇ ਅਸੀਂ। ਇਹਦਾ ਵੀ ਗ੍ਰਿਪ ਲੱਗ ਗਿਆ। ਉਸ ਤੋਂ ਬਾਅਦ ਇਹ ਹੈਗਾ ਵਾ ਇਲੈਕਟੀਫਾਇਰ, ਤੇ ਇਹ ਇਲੈਕਟੀਫਾਇਰ ਦਾ ਗ੍ਰਿਪ ਚਾਰ ਤਾਰਾਂ ਵਾਲਾ ਇਹਦਾ। ਹੁਣ ਇਹਦਾ ਵੀ ਇਸੇ ਤਰ੍ਹਾਂ ਹੀ ਹੈ, ਸਫੈਦ ਤਾਰ ਜਿਹੜੀ ਹੁਣੇ ਤੁਹਾਨੂੰ ਅਸੀਂ ਗੁੱਛੇ ਵਾਲੀਆਂ ਤਾਰਾਂ ਦੱਸੀਆਂ ਸੀ, ਇਹਦੇ ਚ ਬੈਟਰੀ ਵਾਲੀ ਤਾਰ ਦਾ ਕਰੰਟ ਆਉਂਦਾ ਵਾ ਸਫੈਦ ਰੰਗ ਦੇ ਵਿੱਚ, ਇਲੈਕਟ੍ਰੀਫਾਇਰ ਚ ਹੋ ਕੇ ਵਾਪਸੀ ਕਰੰਟ ਲਾਲ ਤਾਰ ਦੇ ਵਿੱਚ ਆਉਂਦਾ, ਜਿਹਦੇ ਨਾਲ ਸਾਡੀ ਮੋਟਰਸਾਈਕਲ ਚੱਲਦੀ ਆ ਤੇ ਬੈਟਰੀ ਚਾਰਜ ਹੁੰਦੀ ਹੈ। ਤੇ ਦੂਸਰੀ ਤਾਰ ਹੈ ਇਹਦੇ ਚ ਪੀਲੇ ਰੰਗ ਦੀ ਤਾਰ, ਇਹ ਪੀਲੇ ਰੰਗ ਦੀ ਤਾਰ ਜਿਹੜੀ ਆ, ਇਹ ਸਾਡਾ 12 ਵੋਲਟ ਦਾ ਕਰੰਟ ਜਿਹੜਾ ਵਾ ਇਲੈਕਟ੍ਰੀਫਾਇਰ ਬਣਾਉਂਦਾ ਵਾ, ਜਿਹੜਾ 12 ਵੋਲਟ ਤੋਂ ਜ਼ਿਆਦਾ ਪੀਲੀ ਤਾਰ ਦੇ ਵਿੱਚ ਆਉਂਦਾ ਵਾ ਉਹ ਇਹਨੂੰ ਜ਼ਾਇਆ ਕਰ ਦਿੰਦਾ ਵਾ। ਉਹਦੇ ਵਾਸਤੇ ਇਹ ਅਰਥ ਵਾਲੀ ਤਾਰ ਵੀ ਲੱਗੀ ਆ, ਇਹਦੇ ਵਿੱਚ ਹੀਟ ਸਿੰਕ ਲੱਗਿਆ ਵਾ, ਉਹ ਕਰੰਟ ਨੂੰ ਜ਼ਾਇਆ ਕਰ ਦਿੰਦਾ ਵਾ। ਤੇ ਇਹਦਾ ਵੀ ਹੁਣ ਅਸੀਂ ਗ੍ਰਿਪ ਲਾ ਦਿੰਦੇ ਹਾਂ। ਉਸ ਤੋਂ ਬਾਅਦ ਆ ਇੱਕ ਅਰਥ ਵਾਲੀ ਤਾਰ ਆ, ਇਹ ਜਿੱਥੇ ਇਲੈਕਟ੍ਰੀਫਾਇਰ ਟਾਇਟ ਹੋਏਗਾ ਬਾਡੀ ਦੇ ਨਾਲ ਮੋਟਰਸਾਈਕਲ ਦੇ ਵਿੱਚ, ਉੱਥੇ ਇਹਦਾ ਅਰਥ ਐਵੇਂ ਲੱਗ ਜਾਏਗਾ, ਇਹ ਸਾਰੀ ਮੁਕੰਮਲ ਹੋ ਗਈ। ਤੇ ਐਵੇਂ ਹੀ ਹੁਣ ਪਿੱਛੇ ਆ ਜਾਈਏ ਅਸੀਂ, ਤੇ ਪਿੱਛੇ ਹੈਗੀ ਆ ਜੀ ਇੱਕ ਬੈਕਲਾਈਟ, ਦੋ ਇਸ਼ਾਰੇ, ਇੱਕ ਸੀਟ ਦੇ ਥੱਲੇ ਆ ਫਲੈਸ਼ਰ, ਤੇ ਫਲੈਸ਼ਰ ਦਾ ਅਸੀਂ ਤੁਹਾਨੂੰ ਅੱਗੇ ਦੱਸਿਆ ਸੀ। ਇਸ਼ਾਰੇ ਦੀ ਤਾਰ ਜਿਹੜੀ ਹੈ ਗ੍ਰੇ ਰੰਗ ਦੀ, ਹਲਕੀ ਹਲਕੀ ਸਲੇਟੀ ਰੰਗ ਵੀ ਇਹਨੂੰ ਕਹਿ ਦਈਦਾ ਅਸੀਂ ਆਪਣੀ ਜ਼ੁਬਾਨ ਦੇ ਵਿੱਚ। ਤੇ ਇਹ ਤਾਰ ਆ ਇਸੇ ਤਰ੍ਹਾਂ ਹੀ, ਇਹਦੇ ਵਿੱਚ ਸੋਚ ਦੀ ਵਾਪਸੀ ਦਾ ਕਰੰਟ ਜਿਹੜਾ ਆਉਂਦਾ ਵਾ ਮੇਨ ਤਾਰ,
काले रंग दी, जिदे सोचता वापसी करंट आंदा वा। ते ए तारा जड़िया ने एदिया फ्लैशर दिया, ए फ्लैशर वाली तारा लग गई। फ्लैशर आ गया साडा एक साइड से, हुण आ गए असीं पिछलियां तारां दे। तारां ने सब तो पहले बैकलाइट दी तार, ए कलेजी रंग दी जिहड़ी अगे तुहानूं दस्सी सी असैंबली दे विचों वापसी करंट आ रहा, पीले रंग दी तार दा वापसी करंट इहदे बैकलाइट। आ बैकलाइट दी कलेजी रंग दी तार ए लग गई इहदे च। तो बाद शुरू ए ब्रेक स्विच वाली तार जिहड़ी है जिहदे नाल ब्रेक दबाओ ते लाइट चलदी है, वो हैगी है ए वाली तार। सबज दे विच बिजली लगी ब्रेक स्विच वाली तार। एक रह गई है अर्थ वाली तार, ए लगेगी इहदी पिछली साइड। ਇਹ ਪੰਜ ਤਾਰਾਂ ਨੇ, ਹੋਰ ਚਾਰ ਤਾਰਾਂ, ਤਿੰਨ ਤਾਰਾਂ ਨੇ ਇਹਦੇ ਚ ਅਰਥ ਦੀਆਂ ਲੱਗਣਗੀਆਂ। ਇਹ ਦੀ ਅਰਥ ਵਾਲੀ ਬੈਕਲਾਈਟ ਦੀ ਪਹਿਲੀ ਤਾਰ ਲੱਗ। ਉਸ ਤੋਂ ਬਾਅਦ ਇਸ਼ਾਰਾ, ਖੱਬੇ ਹੱਥ ਵਾਲੇ ਇਸ਼ਾਰੇ ਦੀ ਤਾਰ, ਪਹਿਲੇ ਇਹਨਾਂ ਦੋਵਾਂ ਦੇ ਇਸ਼ਾਰਿਆਂ ਦੀ ਅਰਥ ਦੀ ਤਾਰ ਲਾ ਦੂੰਗੇ ਇੱਧਰ, ਇੱਕ ਇਹ ਲਈ ਤੇ ਇੱਕ ਇਹ ਲਈ। ਤੇ ਇਹ ਹੈਗੀ ਹੈ ਖੱਬੇ ਹੱਥ ਵਾਲੇ ਇਸ਼ਾਰੇ ਦੀ ਤਾਰ, ਮਲਟ ਰੰਗ ਦੀ ਔਰੇਂਜ ਰੰਗ ਦੀ ਤਾਰ ਹੈ, ਇਹਨੂੰ ਲੱਗ ਇਹਦੇ ਨਾਲ ਲਾ ਦਿੰਦੇ ਹਾਂ ਖੱਬੇ ਹੱਥ ਵਾਲੇ 'ਚ। ਉਸ ਤੋਂ ਬਾਅਦ ਹਲਕਾ ਉਸਮਾਨੀ ਕਲਰ, ਨੀਲਾ ਕਲਰ ਹਲਕਾ, ਇਹ ਸੱਜੇ ਹੱਥ ਵਾਲੇ ਇਸ਼ਾਰੇ ਦੀ ਤਾਰ ਹੈ, ਇਹਨੂੰ ਇੱਧਰ ਲਾ ਦਿਓ। ਇਹ ਸਾਰੇ ਕਨੈਕਸ਼ਨ ਹੋ ਗਏ ਸਾਡੇ। ਉਸ ਤੋਂ ਬਾਅਦ ਇਸ਼ਾਰਾ ਕਵਰ ਵਾਪਸ ਉੱਤੇ ਲਾ ਦਿੰਦੇ ਹਾਂ, ਫਲੈਸ਼ਰ ਆ ਗਿਆ। ਉਸ ਤੋਂ ਬਾਅਦ ਇੱਧਰ ਆ ਮਾਰਕਰ ਆ, ਇਹ ਸਾਰੇ ਕਨੈਕਸ਼ਨ ਹੋ ਗਏ। ਹੁਣ ਰਹਿ ਗਿਆ ਮੇਨ ਬੈਟਰੀ ਦਾ, ਤੇ ਇਹ ਵਾ ਬੈਟਰੀ ਵਾਲੀ ਤਾਰ ਕਨੈਕਸ਼ਨ। ਇਹ ਲਾਲ ਤਾਰ ਆ ਮੇਨ ਜਿਹੜੀ ਅੱਗੇ ਸਵਿੱਚ ਚ ਵੀ ਲੱਗੀ ਹੋ ਗਿਆ, ਤਾਰ ਲਾ ਦਿੰਦੇ ਇਹਦੀ। ਹਾਂਜੀ ਓਕੇ ਸਰ, ਇਹ ਸਾਰੀਆਂ ਤਾਰਾਂ ਸਾਰੇ ਵਾਇਰਿੰਗ ਦੇ ਕਨੈਕਸ਼ਨ ਤੁਹਾਨੂੰ ਸਮਝਾ ਵੀ ਦਿੱਤੇ ਆ, ਦੱਸ ਵੀ ਦਿੱਤੇ ਆ। ਹੁਣ ਅਸੀਂ ਇਹਨੂੰ ਚਲਾ ਕੇ ਚੈੱਕ ਕਰ, ਸਵਿੱਚ ਔਨ ਕਰਦੇ ਹਾਂ ਹੁਣ, ਇਹਦਾ ਚੈੱਕ ਕਰਦੇ ਹਾਂ ਸਾਰਾ। ਇਹ ਬਲਬ ਚੱਲ ਗਿਆ ਸਾਡਾ ਨਿਊਟਰਲ ਦਾ, ਇਹ ਸਵਿੱਚ ਔਨ ਹੋ ਗਿਆ ਸਾਡਾ। ਉਸ ਤੋਂ ਬਾਅਦ ਇਹ ਅਸੈਂਬਲੀ ਹੈ ਸਾਡੀ, ਅਤੇ ਇਹ ਹਾਰਨ ਚੈੱਕ ਕਰਦੇ ਹਾਂ। ਠੀਕ ਹੈ, ਹਾਰਨ ਚੱਲ ਗਿਆ। ਉਸ ਤੋਂ ਬਾਅਦ ਹੈ ਇਸ਼ਾਰੇ ਆ, ਹੈ ਇਸ਼ਾਰਾ ਚੱਲ ਗਿਆ, ਮੀਟਰ ਦਾ ਵੀ ਬਲਬ ਚੱਲ ਗਿਆ ਹੈ ਨਾ, ਦਿਖਾ। ਇਹ ਵੀ ਚੱਲ ਗਿਆ ਹੈ, ਇਹ ਹੈਗਾ ਵਾ ਪੁੱਠੇ ਹੱਥ ਖੱਬੇ ਹੱਥ ਵਾਲਾ ਇਸ਼ਾਰਾ। ਉਸ ਤੋਂ ਬਾਅਦ ਆ ਇਹ ਸੱਜੇ ਹੱਥ ਵਾਲਾ ਇਸ਼ਾਰਾ, ਇੱਧਰ ਅੱਗੇ ਕਰ ਕਲੋਜ਼ ਕੈਮਰਾ। ਇਹ ਸਾਡੇ ਸਾਰੇ ਕਨੈਕਸ਼ਨ ਹੋ ਗਏ, ਲੇਕਿਨ ਹੈਡਲਾਈਟ ਸਾਡੀ ਇੰਜਨ ਨਹੀਂ ਹੈਗਾ ਜਿਹਦੀ ਵਜ੍ਹਾ ਤੋਂ ਹੈਡਲਾਈਟ ਐਵੇਂ ਨਹੀਂ ਚੱਲੇਗੀ। ਅਸੀਂ ਇਹਦੀ ਤਾਰ ਲਾਵਾਂਗੇ ਸੋਚ ਦੀ ਤਾਰ ਦੇ ਵਿੱਚ, ਤਾਂ ਕਿ ਜਿਹੜਾ ਵਾ ਇਹ ਹੈਡਲਾਈਟ ਵਾਲੀ ਤਾਰ ਆ, ਇਹਨੂੰ ਅਸੀਂ ਚੈੱਕ ਕਰਵਾਵਾਂਗੇ ਤੁਹਾਨੂੰ। ਨਿੱਪਲ ਕੱਢ ਕੇ ਇਹ ਲਾਵਾਂਗੇ ਸੋਚ ਦੀ ਤਾਰ ਦੇ ਵਿੱਚ, ਸੋਚ ਦੀ ਮੇਨ ਤਾਰ ਦੇ ਵਿੱਚ, ਤਾਂ ਕਿ ਸਾਡੀ ਹੈਡਲਾਈਟ ਚੈੱਕ ਹੋ ਜਾਵੇ ਤਸੱਲੀ ਨਾਲ, ਕਨੈਕਸ਼ਨ ਸਾਡੇ ਸਾਰੇ ਸਹੀ ਨੇ। ਇਹ ਦੇਖੋ ਜੀ, ਇਹ ਆਹ ਲਾਈਟ ਔਨ ਹੋ ਗਈ, ਇਹ ਹਾਈ ਇਹ ਲੋ, ਇਹ ਹਾਈ ਇਹ ਲੋ, ਇਹ ਹਾਈ ਅਤੇ ਇਹ ਲੋ, ਅਤੇ ਇਹ ਬੰਦ। ਚੱਲ ਇਸ ਤਰ੍ਹਾਂ ਪਿੱਛੇ ਲੈ ਆਇਆ, ਚੱਲ
बड़ा इधर जा पीछे जा नहीं यार। हो गए इशारे, दोनों इशारे ते आ बैक लाइट आ ते इधर मार जरा कैमरा उधर भी आवे तस्वीर। हैगी है साड़ी, हैगा जी ब्रेक वाला कनेक्शन, यह देखो ये ब्रेक ना ले तो आने चले। उस तो बाद एक कैवा ब्रेक वाला ते एक कैवा पिछली ब्रेक वाला कनेक्शन है, ये स्प्रिंग लगेगा और नाल ब्रेक दे नाल ये भी ऐसे चले खिंचांगे चल के। पिछली ब्रेक का कनेक्शन भी ओके है। उस तो बाद ऐसा डिया गया हेड हेडलाइट, हेडलाइट हाई लो एक है ब्रेक, है ब्रेक अलावा कनेक्शन है हेडलाइट का बैकलाइट ठीक है जी। है दो पसंद आवे तो लाइक शेयर तो सब्सक्राइब कर देना। अल्लाह हाफिज़।